ਸੱਛਿਗਾਰ ਬਾਰੇ ਬੱਚਿਓ ਮੈਂ ਵੀਰਪਾਲ ਅੱਜ ਅਸੀਂ ਜਮਾਤ ਪਹਿਲੀ ਵਿਸ਼ਾ ਗਣਿਤ ਦੇ ਤਹਿਤ 40 ਤੋਂ 49 ਤੱਕ ਦੀਆਂ ਸੰਖਿਆਵਾਂ ਵਿੱਚੋਂ ਵੱਡੀ ਸੰਖਿਆ ਜਾਂ ਛੋਟੀ ਸੰਖਿਆ ਪਤਾ ਕਰਨੀ ਸਿੱਖਾਂਗੇ ਬੱਚਿਓ ਹੁਣ ਅਸੀਂ 43 ਅਤੇ 33 ਦੀ ਤੁਲਨਾ ਤਿੱਲੀ ਬੰਡਲ ਦੀ ਸਹਾਇਤਾ ਨਾਲ ਕਰਦੇ ਹਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਬੰਡਲ ਅਤੇ ਤਿਲੀਆਂ ਕੀ ਹਨ ਦੇਖੋ ਬੱਚਿਓ ਇਹ ਸਾਡੇ ਕੋਲ ਇੱਕ ਤੀਲੀ ਹੈ 2 3 4 5 6 7 8 9 10 ਤੀਲੀਆਂ ਪਿਆਰੇ ਬੱਚਿਓ ਜੇਕਰ ਅਸੀਂ ਇਹਨਾਂ 10 ਤੀਲੀਆਂ ਨੂੰ ਮਿਲਾ ਦਈਏ ਤਾ ਇਸਾ ਇੱਕ ਬੰਡਲ ਬੰਦਾ ਹੈ ਜੋ ਇੱਕ ਦਹਾਈ ਨੂੰ ਦਰਸਾਉਂਦਾ ਹੈ ਅਤੇ ਇੱਕ ਤੀਲੀ ਇਕਾਈ ਨੂੰ ਦਰਸਾਉਂਦੀ ਹੈ ਭਾਵ ਖੁੱਲੀਆਂ ਤੀਲੀਆਂ ਇਕਾਈਆਂ ਨੂੰ ਦਰਸਾਉਂਦੀਆਂ ਹਨ ਤਾਂ ਪਿਆਰੇ ਬੱਚਿਓ ਅੱਜ ਅਸੀਂ ਤੀਲੀ ਅਤੇ ਬੰਡਲ ਦੀ ਸਹਾਇਤਾ ਨਾਲ 43 ਅਤੇ 33 ਦੀ ਵਿੱਚੋਂ ਵੇਖਦੇ ਹਾਂ के केड़ी संख्या वी है संख्या छोटी है इस पास चार दहाइया की संख्या तीन है इसलिए सनू तीन बंडल चाहिए हैं एक दो तीन देखो बच्चों पासे पास की संख्या तीन है इस पास भी एकाइय की संख्या तीन है इसलिए सानू तीन तीन खुलिया की चाहद हैं एक दो तीन इस पासे भी की संख्या तीन है ਤਾਂ ਤਿੰਨ ਕੁਲੀਆਂ ਤੀਲੀਆਂ 1 2 3 ਦੇਖੋ ਬੱਚਿਓ 10 20 30 40 41 42 43 ਇਸ ਪਾਸੇ 30 10 20 30 31 32 33 ਬੱਚਿਓ ਧਿਆਨ ਨਾਲ ਵੇਖੋ ਇਸ ਪਾਸੇ ਬੰਡਲਾਂ ਦੀ ਸੰਖਿਆ ਵੱਧ ਹੈ ਅਤੇ ਇਸ ਪਾਸੇ ਬੰਡਲਾਂ ਦੀ ਸੰਖਿਆ ਘੱਟ ਹੈ। ਵੇਖੋ 1 2 3 4 1 2 3 ਇਸ ਲਈ ਇਸ ਪਾਸੇ ਬੰਡਲਾਂ ਦੀ ਸੰਖਿਆ ਵੱਧ ਹੈ ਅਤੇ ਇਸ ਪਾਸੇ ਬੰਡਲਾਂ ਦੀ ਸੰਖਿਆ ਘੱਟ ਹੈ। ਤਾਂ ਪਿਆਰੇ ਬੱਚਿਓ ਇਸ ਤੋਂ ਸਾਨੂੰ ਕੀ ਪਤਾ ਲੱਗਿਆ ਕਿ 33 ਸੰਖਿਆ ਛੋਟੀ ਸੰਖਿਆ ਹੈ ਅਤੇ 43 ਸੰਖਿਆ ਵੱਡੀ ਸੰਖਿਆ ਹੈ ਹੁਣ ਅਸੀਂ ਵੱਡੀ ਸੰਖਿਆ ਉੱਪਰ ਚੱਕਰ ਲਗਾਉਣ ਦੇ ਸਵਾਲ ਹੱਲ ਕਰਦੇ ਹਾਂ ਸਾਡੇ ਕੋਲ ਦੋ ਸੰਖਿਆਵਾਂ ਦਿੱਤੀਆਂ ਹੋਈਆਂ ਹਨ 42 ਅਤੇ 44 ਦੇਖੋ ਪਹਿਲੀ ਸੰਖਿਆ ਸਾਡੇ ਕੋਲ ਹੈ 42 ਦੂਸਰੀ ਸੰਖਿਆ ਹੈ 44 ਬੱਚਿਓ ਇਸ ਸੰਖਿਆ ਪੱਟੀ ਨੂੰ ਧਿਆਨ ਨਾਲ ਵੇਖੋ ਇਸ ਉੱਪਰ 44 42 ਤੋਂ ਬਾਅਦ ਵਿੱਚ ਆਉਂਦੀ ਹੈ 44 ਸੰਖਿਆ ਵੱਡੀ ਸੰਖਿਆ ਹੈ ਇਸ ਲਈ ਇਸ ਉੱਪਰ ਅਸੀਂ ਚੱਕਰ ਲਗਾਵਾਂਗੇ ਬੱਚਿਓ ਸਾਡਾ ਅਗਲਾ ਸਵਾਲ ਹੈ ਪਹਿਲੀ ਸੰਖਿਆ 45 ਅਤੇ ਦੂਜੀ ਸੰਖਿਆ 40 ਬੱਚਿਓ ਸੰਖਿਆ ਪੱਟੀ ਨੂੰ ਧਿਆਨ ਨਾਲ ਵੇਖੋ ਇਸ ਵਿੱਚ 45 40 ਸੰਖਿਆ ਤੋਂ ਬਾਅਦ ਵਿੱਚ ਆਉਂਦੀ ਹੈ ਇਸ ਲਈ 45 ਸੰਖਿਆ ਵੱਡੀ ਸੰਖਿਆ ਹੈ ਇਸ ਲਈ ਅਸੀਂ ਇਸ ਉੱਪਰ ਚੱਕਰ ਲਗਾਵਾਂਗੇ ਬੱਚਿਓ ਸਾਡਾ ਅਗਲਾ ਸਵਾਲ ਹੈ ਦਿੱਤੀਆਂ ਹੋਈਆਂ ਸੰਖਿਆਵਾਂ ਵਿੱਚੋਂ ਛੋਟੀ ਸੰਖਿਆ ਉੱਪਰ ਚੱਕਰ ਲਗਾਓ ਤਾਂ ਸਾਡੇ ਪਹਿਲੇ ਸਵਾਲ ਦੇ ਵਿੱਚ 43 ਅਤੇ 45 ਸੰਖਿਆਵਾਂ ਦਿੱਤੀਆਂ ਹੋਈਆਂ ਹਨ ਪਹਿਲੀ ਸੰਖਿਆ ਹੈ 43 ਦੂਜੀ ਸੰਖਿਆ ਹੈ 45 ਬੱਚਿਓ ਸੰਖਿਆ ਪੱਟੀ ਨੂੰ ਧਿਆਨ ਨਾਲ ਵੇਖੋ ਇਸ ਵਿੱਚ 43 45 ਤੋਂ ਪਹਿਲਾਂ ਆਉਂਦੀ ਹੈ ਇਸ ਲਈ ਇਹ ਛੋਟੀ ਸੰਖਿਆ ਹੈ ਅਤੇ ਇਸੇ 'ਤੇ ਉੱਪਰ ਚੱਕਰ ਲਗਾਵਾਂਗੇ ਅਗਲੇ ਸਵਾਲ ਵਿੱਚ 46 ਅਤੇ 42 ਸੰਖਿਆਵਾਂ ਦਿੱਤੀਆਂ ਹੋਈਆਂ ਹਨ ਪਹਿਲੀ ਸੰਖਿਆ ਹੈ 46 ਦੂਜੀ ਸੰਖਿਆ ਹੈ 42 ਬੱਚਿਓ ਸੰਖਿਆ ਕਟੇ ਨੂੰ ਧਿਆਨ ਨਾਲ ਵੇਖੋ 42 60 ਤੋਂ ਪਹਿਲਾਂ ਆਉਂਦੀ ਹੈ ਇਸ ਲਈ 42 ਸੰਖਿਆ ਛੋਟੀ ਸੰਖਿਆ ਹੈ ਤਾਂ ਇਸ ਉੱਪਰ ਅਸੀਂ ਚੱਕਰ ਲਗਾਵਾਂਗੇ ਹੁਣ ਅੱਜ ਦਾ ਪ੍ਰਸ਼ਨ ਪ੍ਰਸ਼ਨ ਹੈ ਸੰਖਿਆ 33 ਲਈ ਕਿੰਨੇ ਬੰਡਲ ਅਤੇ ਕਿੰਨੀਆਂ ਤੀਲੀਆਂ ਚਾਹੀਦੀਆਂ ਹਨ ਬੱਚਿਓ ਚਾਰ ਉਤਰ ਹਨ ਉੜਾ 3 ਬੰਡਲ 3 ਤੀਲੀਆਂ ਆੜਾ 4 ਬੰਡਲ 4 ਤੀਲੀਆਂ ਈੜੀ 3 ਬੰਡਲ 4 ਤਿੱਲੀਆਂ ਸਸਾ 4 ਬੰਡਲ 3 ਤਿੱਲੀਆਂ ਬੱਚਿਓ ਧਿਆਨ ਨਾਲ ਦੇਖੋ 33 ਦੇ ਦਹਾਈ ਦੇ ਸਥਾਨ ਤੇ 3 ਹੈ ਅਤੇ ਅਤੇ ਇਕਾਈ ਦੇ ਸਥਾਨ ਤੇ ਵੀ 3 ਹੈ ਇਸ ਲਈ ਸਹੀ ਉੱਤਰ 우ੜਾ ਹੈ ਸੰਖਿਆ 33 ਲਈ 3 ਬੰਡਲ ਅਤੇ 3 ਤਿੱਲੀਆਂ ਚਾਹੀਦੀਆਂ ਹਨ ਬੱਚਿਓ ਘਰ ਦੇ ਕੰਮ ਵਿੱਚ ਤੁਸੀਂ ਵੀ ਸੰਖਿਆ ਪੱਟੀ ਅਤੇ ਤਿੱਲੀ ਬੰਡਲ ਦੀ ਸਹਾਇਤਾ ਨਾਲ ਸਵਾਲਾਂ ਨੂੰ ਹੱਲ ਕਰਨਾ ਹੈ ਠੀਕ ਹੈ ਧੰਨਵਾਦ